ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਨੇ ਅੱਜ ਇੱਕ ਨਵਾਂ ਪੱਤਰ ਜਾਰੀ ਕੀਤਾ ਹੈ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਸੋ ਆਓ ਇਸ ਬਾਰੇ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਉਸ ਪੱਤਰ ਬਾਰੇ ਜੋ ਕਿ ਪੰਜਾਬ ਸਰਕਾਰ ਨੇ 722022 ਨੂੰ ਜਾਰੀ ਕੀਤਾ ਹੈ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਇਹ ਪੱਤਰ ਹੈ ਮੁਲਾਜ਼ਮਾਂ ਦੇ ਲਈ ਜਿਹਦਾ ਵਿਸ਼ਾ ਹੈ ਇੰਪਲੀਮੈਂਟੇਸ਼ਨ ਆਫ ਦੀ ਰეკਮੈਂਡੇਸ਼ਨ ਆਫ 6ਥ ਪੇ ਕਮਿਸ਼ਨ ਐਕਸਟੈਂਸ਼ਨ ਇਨ ਡੇਟ ਆਫ ਆਪਸ਼ਨ ਆਪਸ਼ਨ ਦੇਣ ਦੇ ਲਈ ਸਮੇਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਸ ਪੱਤਰ ਰਾਹੀਂ ਇਸ ਪੱਤਰ ਦੇ ਮੁਤਾਬਕ ਹੁਣ 572021 ਦੀ ਜੋ ਕਿ ਅਸਲ ਨੋਟੀਫਿਕੇਸ਼ਨ ਸੀ ਪੇ ਕਮਿਸ਼ਨ ਦੇ ਨਾਲ ਸੰਬੰਧਿਤ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜਾ ਆਪਸ਼ਨ ਹੈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਣਾ ਜਿਸ ਦੇ ਵਿੱਚ ਸਮੇਂ ਸਮੇਂ ਸਿਰ ਵਾਅਦਾ ਵੀ ਕੀਤਾ ਗਿਆ 31 ਦਸੰਬਰ ਜਿਹਦਾ ਅਖੀਰਲਾ ਸਮਾਂ ਸੀ ਆਪਸ਼ਨ ਐਕਸਰਸਾਈਜ਼ ਕਰਨ ਦੇ ਲਈ ਪਰ ਇਸ ਤੋਂ ਬਾਅਦ ਦੋਸਤੋ ਪ੍ਰਮੋਸ਼ਨ ਨੂੰ ਲੈ ਕੇ ਲਗਾਤਾਰ ਗੱਲਬਾਤ ਹੁੰਦੀ ਰਹੀ ਪ੍ਰਮੋਸ਼ਨ ਦੀ ਮਿਤੀ ਤੋਂ ਆਪਸ਼ਨ ਦੇਣ ਦੇ ਲਈ ਲਗਾਤਾਰ ਪੱਤਰ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੋ ਸਾਨੂੰ ਇਸ ਬਾਰੇ ਲਗਾਤਾਰ ਕਮੈਂਟਸ ਵੀ ਆਉਂਦੇ ਰਹੇ ਇਸ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹੁਣ ਇਹ ਫੈਸਲਾ ਕੀਤਾ ਕਿ ਜੋ ਵੀ EMPLY ਆਪਣੀ ਪ੍ਰੋਮੋਸ਼ਨ ਦੀ ਮਿਤੀ ਤੋਂ ਆਪਸ਼ਨ ਦੇਣਾ ਚਾਹੁੰਦਾ ਹੈ ਉਸ ਦੇ ਲਈ ਹੁਣ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ ਹੈ 15 2 2022 ਇਸ ਪੱਤਰ ਦੇ ਮਤਾਬਕ ਹੁਣ ਜਿੰਨੇ ਵੀ EMPLOYES ਪੰਜਾਬ ਦੇ ਆਪਣੀ ਪ੍ਰਮੋਸ਼ਨ ਦੀ ਨੀਤੀ ਤੋਂ ਆਪਸ਼ਨ ਦੇਣਾ ਚਾਹੁੰਦੇ ਨੇ ਜਿਨ੍ਹਾਂ ਦੀ ਜਿਹੜੀ ਪ੍ਰਮੋਸ਼ਨ ਹੈ ਤਰੱਕੀ ਹੈ ਉਹ 1 1 2016 ਤੋਂ ਬਾਅਦ ਹੋਈ ਹੈ ਹੁਣ ਉਹ ਆਪਣਾ ਆਪਸ਼ਨ ਐਕਸਰਸਾਈਜ਼ ਕਰ ਸਕਦੇ ਨੇ ਉਹਨਾਂ ਨੂੰ ਜਿਹੜਾ ਹੈ ਮੁੱਢ ਸਮਾਂ ਦਿੱਤਾ ਹੈ ਪੰਜਾਬ ਸਰਕਾਰ ਨੇ 15 ਫਰਵਰੀ 2022 ਤੱਕ ਇਸ ਦੇ ਵਿੱਚ ਨਾਲ ਹੀ ਲਿਖਿਆ ਗਿਆ ਹੈ ਕਿ ਜਿੰਨੀਆਂ ਵੀ ਸ਼ਰਤਾਂ ਨੇ 612022 ਵਾਲੇ ਪੱਤਰ ਦੇ ਨਾਲ ਸੰਬੰਧਿਤ ਜਾਰੀ ਰਹਿਣ ਗਿਆ ਹੁਣ ਆਪਾਂ ਉਸ ਪੱਤਰ ਬਾਰੇ ਵੀ ਜਾਣਕਾਰੀ ਲੈ ਲੈਨੇ ਆ ਕਿ 612022 ਦਾ ਅਸਲ ਪੱਤਰ ਕੀ ਸੀ ਦੋਸਤੋ ਇਸ ਪੱਤਰ ਰਾਹੀਂ ਪੰਜਾਬ ਸਰਕਾਰ ਨੇ ਪ੍ਰਮੋਸ਼ਨ ਦੀ ਮਿਤੀ ਤੋਂ ਆਪਸ਼ਨ ਦੇ ਨਾਮ ਲਲ 15% ਦਾ ਵਾਅਦਾ ਵੀ ਜਿਹੜਾ ਹੈ ਉਹ ਅਸ਼ੂਰ ਕੀਤਾ ਸੀ ਕਿ ਪ੍ਰਮੋਸ਼ਨ ਦੀ ਮਿਤੀ ਤੋਂ ਜਿਹੜਾ ਹੈ ਤੁਸੀਂ ਆਪਣਾ ਆਪਸ਼ਨ ਐਕਸਰਸਾਈਜ਼ ਕਰ ਸਕਦੇ ਹੋ 15% ਦਾ ਵਾਅਦਾ ਵੀ ਜਿਹੜਾ ਹੈ ਉਹ ਪ੍ਰਮੋਸ਼ਨ ਦੀ ਮਿਤੀ ਤੋਂ ਲੈ ਸਕਦੇ ਹੋ ਇਸ ਦੇ ਨਾਲ ਹੀ ਦੋਸਤੋ ਕੁਝ ਖਾਸ ਗੱਲਾਂ ਨੇ ਉਹ ਮੈਂ ਦੱਸਦਾ ਕਿ ਜਿਨ੍ਹਾਂ ਦੀ ਪ੍ਰਮੋਸ਼ਨ 1-1 2016 ਤੋਂ ਲੈ ਕੇ 20-2021 ਦੇ ਦਰਮਿਆਨ ਹੋਈ ਹੈ ਉਹੀ ਆਪਸ਼ਨ ਐਕਸਰਸਾਈਜ਼ ਕਰ ਸਕਦੇ ਨੇ ਇਸ ਤੋਂ ਬਾਅਦ ਜੇਕਰ ਪ੍ਰਮੋਸ਼ਨ ਹੋਈ ਹੈ ਤਾਂ ਤੁਸੀਂ ਆਪਸ਼ਨ ਐਕਸਰਸਾਈਜ਼ ਨਹੀਂ ਕਰ ਸਕਦੇ 15 ਫਰਵਰੀ ਤੱਕ ਦਾ ਜਿਹੜਾ ਸਮਾਂ ਹੁਣ ਪੰਜਾਬ ਸਰਕਾਰ ਨੇ ਦਿੱਤਾ ਹੈ ਇਸ ਦੇ ਨਾਲ ਹੀ ਦੋਸਤੋ ਮੈਂ ਇੱਕ ਗੱਲ ਹੋਰ ਦੱਸਣਾ ਕਿ ਲਗਾਤਾਰ ਜਿਹੜਾ ਹੈ ਇਸ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਇਸ ਬਾਰੇ ਬਹੁਤ ਸਾਰੇ ਸਵਾਲ ਆਏ ਨੇ ਕਿ ਜੇਕਰ ਕਿਸੇ ਮਲਾਜ਼ਮ ਦੀ ਤਰੱਕੀ 2016 ਤੋਂ ਬਾਅਦ ਦੋ ਵਾਰ ਹੋਈ ਹੈ ਤਾਂ ਕੀ ਉਹ ਆਪਣੀ ਤਰੱਕੀ ਦੇ ਲਈ ਆਪਸ਼ਨ ਆਪਣੀ ਦੂਜੀ ਤਰੱਕੀ ਤੋਂ ਦੇ ਸਕਦਾ ਹੈ ਕਿ ਨਹੀਂ ਦੇ ਸਕਦਾ ਸੋ ਇਸ ਬਾਰੇ ਵੀ ਮੈਂ ਦੋਸਤੋ ਦੱਸਣਾ ਕਿ ਇੱਕ ਹੋਰ ਪੱਤਰ ਜਿਹੜਾ 27 1 2022 ਨੂੰ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਉਸ ਵਿੱਚ ਇਸ ਸਪਸ਼ਟ ਕੀਤਾ ਗਿਆ ਸੀ ਕਿ ਜੇਕਰ ਤੁਹਾਡੀ ਤਰੱਕੀ ਦੋ ਵਾਰ ਹੋਈ ਹੈ 1 ਇੱਕ 16 ਤੋਂ ਲੈ ਕੇ 20 9 2021 ਦੇ ਦਰਮਿਆਨ ਤੁਹਾਡੀ ਪਹਿਲੀ ਪ੍ਰੋਮੋਸ਼ਨ ਜਿਹੜੀ ਹੈ ਉਸ ਤੋਂ ਹੀ ਤੁਸੀਂ ਆਪਸ਼ਨ ਦੇ ਸਕਦੇ ਹੋ ਸੋ ਦੋਸਤੋ ਪੰਜਾਬ ਸਰਕਾਰ ਨੇ ਜੋ ਕਿ ਮਲਾਜ਼ਮ ਲਗਾਤਾਰ ਉਡੀਕ ਕਰ ਰਹੇ ਹਨ ਕਿ ਤਰੱਕੀ ਦੀ ਨੀਤੀ ਤੋਂ ਆਪਸ਼ਨ ਐਕਸਰਸਾਈਜ਼ ਕਰਨ ਦੇ ਲਈ ਆਨਲਾਈਨ ਪੋਰਟਲ ਹੈ ਉਹ ਕਦੋਂ ਖੁੱਲੇਗਾ ਉਸ ਦੇ ਵਿੱਚ ਕੀ ਅਸੀਂ ਹੁਣ ਐਕਸਰਸਾਈਜ਼ ਕਰ ਸਕਦੇ ਹਾਂ ਆਪਸ਼ਨ ਅਸੀਂ ਆਪਣੀ ਪਿਛਲੀ ਵੀਡੀਓਜ਼ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ ਔਰ ਇਸ ਬਾਰੇ ਜਲਦ ਹੀ ਕੋਈ ਨਾ ਕੋਈ ਪੱਤਰ ਜਾਂ ਫਿਰ ਇਨਸਟਰਕਸ਼ਨ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣਗੀਆਂ ਸੋ ਹੁਣ 15 ਫਰਵਰੀ ਤੱਕ ਦਾ ਜਿਹੜਾ ਸਮਾਂ ਦੁਬਾਰਾ ਦਿੱਤਾ ਗਿਆ ਹੈ ਜੋ ਮੁਲਾਜ਼ਮ ਵੀ ਆਪਣੀ ਪ੍ਰਮੋਸ਼ਨ ਦੀ ਮਿਤੀ ਤੋਂ ਆਪਸ਼ਨ ਐਕਸਰਸਾਈਜ਼ ਕਰਨਾ ਚਾਹੁੰਦੇ ਨੇ ਮੈਂ ਦੁਬਾਰਾ ਦੱਸਦਾ ਕਿ ਤੁਸੀਂ ਆਪਣੀ ਪਹਿਲੀ ਤਰੱਕੀ ਯਾਨੀ ਕਿ 16 ਤੋਂ ਬਾਅਦ ਜੇਕਰ ਤੁਹਾਡੀਆਂ ਦੋ ਤਰੱਕੀਆਂ ਹੋਈਆਂ ਨੇ ਤਾਂ ਤੁਸੀਂ ਆਪਣੀ ਪਹਿਲੀ ਤਰੱਕੀ ਜਿਹੜੀ ਹੈ ਉੱਥੇ ਹੀ ਆਪਸ਼ਨ ਐਕਸਰਸਾਈਜ਼ ਕਰ ਸਕਦੇ ਹੋ ਖਾਸ ਕਰਦੇ ਆਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ